ਅੰਦਰੀਕਰਨ ਕਰਕੇ ਅੰਦਰੀਕਰਨ ਕਰਕੇ ਗਾਹਾਂ ਵਾਲੀ ਕਰੀਏ ਨਾ ਮਜਬੂਰ ਸੀਗੇ ਤੇ ਜਿਹੜੀ ਰੇਖਾ ਜਿਹੜੀ ਉਹਨੇ ਆ ਕੇ ਸਾਡੇ ਕੋਲ ਬਿਆਨ ਲਿਖਾਇਆ ਕਿ ਮੈਂ ਤਾਂ ਮੰਦਰ 'ਚ ਮੱਥਾ ਟੇਕਣ ਗਈ ਸੀ ਤੇ ਅਸ਼ੋਕ ਅਗਰਵਾਲ ਨੇ ਜਿੰਨਾ ਜਿਹੜੀ ਉਹ ਛੇੜਛਾੜ ਕੀਤੀ ਮਾੜੀ ਨੀਤ ਦੇ ਨਾਲ ਪੁਲਿਸ ਵਿੱਚ ਉਹਦਾ ਬਿਆਨ ਲਿਖ ਕੇ ਤੇ ਮੁਕੰਮਾ ਨੰਬਰ 18 ਅਧੀਨ ਧਾਰਾ 350 ਜਾਇਜ਼ ਦਰਜ ਕਰਤਾ ਤੇ ਤਫਤੀਸ਼ ਜਾਰੀ ਆਪਣਾ ਗ੍ਰਿਫਤਾਰੀ ਹੋਈ ਹੈ ਨਹੀਂ